ਸਤਿ ਸ਼੍ਰੀ ਅਕਾਲ ਸਾਰੇ ਵਿਦਿਆਰਥੀਆਂ ਨੂੰ ਤੁਹਾਡਾ ਸਵਾਗਤ ਕੀਤਾ ਜਾਂਦਾ ਹੈ ਤੁਹਾਡੇ ਆਪਣੇ ਯੂਟਿਊਬ ਚੈਨਲ ਪਰਿੰਦਰਾ ਐਜੂਕੇਸ਼ਨ ਵਿੱਚ। ਅੱਜ ਦੀ ਵੀਡੀਓ ਵਿੱਚ ਅਸੀਂ ਪੋਲੀਟੀਕਲ ਨਾਲ ਸੰਬੰਧਿਤ ਐਮ ਸੀ ਕਿਊ ਜਿਹੜਾ ਡਿਸਕਸ ਕਰਾਂਗੇ। ਇਸ ਤੋਂ ਪਹਿਲਾਂ ਵੀ ਪੋਲੀਟੀਕਲ ਦੀਆਂ ਕਾਫੀ ਵੀਡੀਓ ਸਾਡੇ ਚੈਨਲ 'ਤੇ ਅਪਲੋਡ ਨੇ ਜਿਹੜੀਆਂ ਕਿ ਤੁਸੀਂ ਇਹਨਾਂ ਦੀ ਪਲੇਲਿਸਟ ਵਿੱਚ ਜਾ ਕੇ ਦੇਖ ਸਕਦੇ ਹੋ। ਤਾਂ ਅਸੀਂ ਆਪਣੀ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ। ਪਹਿਲਾ ਪ੍ਰਸ਼ਨ ਹੈ ਆਪਣੇ ਕੋਲ, ਭਾਰਤ ਵਿੱਚ ਮਹਿਲਾਵਾਂ ਲਈ ਰਾਖਵੇਂ ਸਥਾਨ ਰੱਖੇ ਗਏ ਹਨ। ਤੁਸੀਂ ਦੱਸਣਾ ਕਿ ਇਹਨਾਂ ਵਿੱਚੋਂ ਕਿਸ ਦੇ ਵਿੱਚ ਜਿਹੜੇ ਮਹਿਲਾਵਾਂ ਲਈ ਰਾਖਵੇਂ ਸਥਾਨ ਰੱਖੇ ਗਏ ਹਨ। ਤਾਂ ਇਸ ਦਾ ਰਾਈਟ ਆਂਸਰ ਹੈ ਆਪਣੇ ਕੋਲ ਆਪਸ਼ਨ ਏ, ਪੰਚਾਇਤੀ ਰਾਜ ਸੰਸਥਾਵਾਂ ਦੇ ਵਿੱਚ। ਪੰਚਾਇਤੀ ਰਾਜ ਸੰਸਥਾਵਾਂ ਦੇ ਵਿੱਚ 1/3 ਹਿੱਸਾ ਜਿਹੜਾ ਉਹ ਔਰਤਾਂ ਦੇ ਲਈ ਰਾਖਵਾਂ ਰੱਖਿਆ ਗਿਆ ਹੈ। ਅਗਲਾ ਪ੍ਰਸ਼ਨ ਹੈ ਆਪਣੇ ਕੋਲ, ਸੰਸਦ ਦਾ ਕੋਈ ਵੀ ਮੈਂਬਰ ਬਿਨਾਂ ਦੱਸੇ ਲਗਾਤਾਰ ਕਿੰਨੇ ਦਿਨ ਗੈਰ ਹਾਜ਼ਰ ਰਹਿਣ 'ਤੇ ਆਪਣੀ ਮੈਂਬਰਸ਼ਿਪ ਖੋ ਬੈਠਦਾ ਹੈ? ਤਾਂ ਇਸ ਦਾ ਰਾਈਟ ਆਂਸਰ ਆਪਣੇ ਕੋਲ ਆਪਸ਼ਨ ਸੀ 60 ਦਿਨ। ਸੰਸਦ ਦਾ ਕੋਈ ਮੈਂਬਰ ਬਿਨਾਂ ਦੱਸੇ ਲਗਾਤਾਰ ਜੇਕਰ 60 ਦਿਨ ਗੈਰ ਹਾਜ਼ਰ ਰਹਿੰਦਾ ਹੈ ਤਾਂ ਉਹ ਆਪਣੀ ਮੈਂਬਰਸ਼ਿਪ ਆ ਜਿਹੜੀ ਉਹ ਖੋ ਦਿੰਦਾ ਹੈ। ਅਗਲਾ ਪ੍ਰਸ਼ਨ ਆਪਣੇ ਕੋਲ, ਹੇਠ ਲਿਖੀਆਂ ਕਮੇਟੀਆਂ ਵਿੱਚੋਂ ਮੌਲਿਕ ਕਰਤੱਵਾਂ ਨਾਲ ਸੰਬੰਧਿਤ ਕਮੇਟੀ ਕਿਹੜੀ ਹੈ? ਤਾਂ ਇਸ ਦਾ ਰਾਈਟ ਆਂਸਰ ਆਪਣੇ ਕੋਲ ਆਪਸ਼ਨ ਬੀ, ਸਵਰਨ ਸਿੰਘ ਕਮੇਟੀ। ਮੌਲਿਕ ਕਰਤੱਵਾਂ ਦੇ ਨਾਲ ਸੰਬੰਧਿਤ ਆਰਟੀਕਲ ਦੀ ਕਰੀਏ ਤਾਂ ਆਰਟੀਕਲ ਸੰਬੰਧਿਤ ਹੈ 51A ਅਤੇ ਭਾਗ ਹੈ ਸੰਬੰਧਿਤ ਸੰਵਿਧਾਨ ਦਾ ਉਹ ਹੈ 4A। ਇਹ ਤੁਸੀਂ ਯਾਦ ਰੱਖਣਾ ਕਿ ਜਿਹੜਾ ਮੌਲਿਕ ਕਰਤੱਵ ਨੇ ਮੂਲ ਸੰਵਿਧਾਨ ਦਾ ਹਿੱਸਾ ਨਹੀਂ ਸਨ, ਇਹਨਾਂ ਨੂੰ ਜੋੜਿਆ ਗਿਆ ਸੀ 42ਵੀਂ ਸੰਵਿਧਾਨਿਕ ਸੋਧ ਦੇ ਦੁਆਰਾ ਆਪਣਾ ਸੰਵਿਧਾਨ ਦੇ ਵਿੱਚ ਜੋੜਿਆ ਗਿਆ ਸੀ। ਠੀਕ ਹੈ ਜੀ। ਅਗਲਾ ਪ੍ਰਸ਼ਨ ਹੈ ਆਪਣੇ ਕੋਲ, ਸੰਵਿਧਾਨ ਦੇ ਕਿਸ ਆਰਟੀਕਲ ਅਧੀਨ ਰਾਸ਼ਟਰਪਤੀ ਅਧਿਆਦੇਸ਼ ਜਾਰੀ ਕਰ ਸਕਦਾ ਹੈ? ਤਾਂ ਇਸਦਾ ਰਾਈਟ ਆਂਸਰ ਹੈ ਆਪਣੇ ਕੋਲ ਆਪਸ਼ਨ ਏ, ਆਰਟੀਕਲ 123। ਅਧਿਆਦੇਸ਼ ਦੇ ਬਾਰੇ ਆਪਾਂ ਗੱਲ ਕਰਦੇ ਹਾਂ। ਦੇਖੋ, ਜਿਹੜੀ ਕਾਨੂੰਨ ਬਣਾਉਣ ਦੀ ਜਿਹੜੀ ਪ੍ਰਕਿਰਿਆ ਹੈਗੀ ਉਹ ਕੀ ਹੈ, ਉਹਦੇ ਬਾਰੇ ਆਪਾਂ ਪਿਛਲੀ ਵੀਡੀਓ ਦੇ ਵਿੱਚ ਗੱਲ ਕੀਤੀ ਆ। ਤਾਂ ਹੁਣ ਮੈਂ ਤੁਹਾਨੂੰ ਸ਼ੋਰਟ ਦੇ ਵਿੱਚ ਦੱਸਦਾ, ਸੰਸਦ ਦੇ 2 ਸਦਨ ਹਨ, ਲੋਕ ਸਭਾ ਅਤੇ ਰਾਜ ਸਭਾ। ਜਦੋਂ ਇਹ ਦੋਵੇਂ ਸਦਨ ਸਪਸ਼ਟ ਬਹੁਮਤ ਦੇ ਨਾਲ ਕੋਈ ਵੀ ਜਿਹੜਾ ਬਿੱਲ ਆ ਉਹ ਪਾਸ ਕਰਦੇ ਨੇ, ਜਦੋਂ ਉਹ ਪਾਸ ਹੋਣ ਤੋਂ ਬਾਅਦ ਰਾਸ਼ਟਰਪਤੀ ਦੀ ਮਨਜ਼ੂਰੀ ਦੇ ਕੋਲ ਆਉਂਦਾ ਹੈ, ਤਾਂ ਰਾਸ਼ਟਰਪਤੀ ਉਸਨੂੰ ਮਨਜ਼ੂਰੀ ਦੇ ਕੇ ਆਪਣਾ ਜਿਹੜਾ ਉਹ ਬਿੱਲ ਆ ਉਹ ਕਾਨੂੰਨ ਦਾ ਰੂਪ ਧਾਰਨ ਕਰ ਲੈਂਦਾ ਹੈ। ਅਧਿਆਦੇਸ਼ ਦੇ ਵਿੱਚ ਕੀ ਹੁੰਦਾ, ਜਦੋਂ ਸੰਸਦ ਦਾ ਸਮਾਗਮ ਨਹੀਂ ਚੱਲ ਰਿਹਾ ਹੁੰਦਾ ਤਾਂ ਰਾਸ਼ਟਰਪਤੀ ਇਕੱਲੇ ਤੌਰ 'ਤੇ ਇੱਕ ਆਰਡੀਨੈਂਸ ਜਾਰੀ ਕਰਕੇ ਕਾਨੂੰਨ ਦਾ ਨਿਰਮਾਣ ਕਰ ਸਕਦਾ ਹੈ। ਉਹਨੂੰ ਆਪਾਂ ਕਹਿੰਦੇ ਹਾਂ ਰਾਸ਼ਟਰਪਤੀ ਦੁਆਰਾ ਅਧਿਆਦੇਸ਼ ਜਾਰੀ ਕਰਨਾ, ਜਿਹੜਾ ਕਿ ਰਾਸ਼ਟਰਪਤੀ ਆਰਟੀਕਲ 123 ਦੇ ਅਧੀਨ ਜਾਰੀ ਕਰਦਾ ਹੈ। ਅਗਲਾ ਪ੍ਰਸ਼ਨ ਹੈ ਆਪਣੇ ਕੋਲ, ਸੰਵਿਧਾਨ ਦੀ ਪ੍ਰਸਤਾਵਨਾ ਵਿੱਚ ਸੋਧ ਸਮੇਂ ਦੇਸ਼ ਦਾ ਪ੍ਰਧਾਨ ਮੰਤਰੀ ਕੌਣ ਸੀ? ਤਾਂ ਇਸਦਾ ਰਾਈਟ ਆਂਸਰ ਆਪਣੇ ਕੋਲ ਆਪਸ਼ਨ ਬੀ, ਇੰਦਰਾ ਗਾਂਧੀ। ਪ੍ਰਸਤਾਵਨਾ ਦੇ ਨਾਲ ਸੰਬੰਧਿਤ ਇੱਕ ਤੁਸੀਂ ਕੇਸ ਯਾਦ ਰੱਖਣਾ, ਕੇਸਵਾ ਨੰਦ ਭਾਰਤੀ ਕੇਸ। ਕਈ ਵਾਰੀ ਐਗਜ਼ਾਮ ਦੇ ਵਿੱਚ ਪੁੱਛ ਲਿਆ ਜਾਂਦਾ ਕਿ ਕੇਸਵਾਨੰਦ ਭਾਰਤੀ ਕੇਸ ਦਾ ਜਿਹੜਾ ਸੰਬੰਧ ਕਿਸ ਨਾਲ ਹੈ, ਤਾਂ ਉਹ ਸੰਬੰਧਿਤ ਹੈ ਪ੍ਰਸਤਾਵਨਾ ਦੇ ਨਾਲ। ਇਸ ਕੇਸ ਤੋਂ ਬਾਅਦ ਹੀ ਜਿਹੜੀ ਪ੍ਰਸਤਾਵਨਾ ਦੇ ਵਿੱਚ ਸੋਧ ਆ ਜਿਹੜੀ ਉਹ ਕੀਤੀ ਗਈ ਸੀ, ਅਤੇ ਉਸ ਸਮੇਂ ਜਿਹੜੇ ਪ੍ਰਧਾਨ ਮੰਤਰੀ ਸੀ ਦੇਸ਼ ਦੇ ਉਤੋਂ ਉਹ ਸੀ ਇੰਦਰਾ ਗਾਂਧੀ। ਠੀਕ ਆ। ਇੱਕ ਤੁਸੀਂ ਹੋਰ ਇਹਨਾਂ ਨਾਲ ਗੱਲ ਯਾਦ ਰੱਖਣੀ ਆ ਕਿ ਜਿਹੜੇ ਇਹ ਸੀ ਆਪਣੇ ਫਸਟ ਬੋਮੈਨ ਸੀ ਜਿਹੜੀ ਪ੍ਰਾਈਮ ਮਿਨਿਸਟਰ ਬਣੀ ਸੀ। ਠੀਕ ਹੈ ਜੀ। ਇੰਦਰਾ ਗਾਂਧੀ ਜੀ ਨੇ ਇੱਕ ਨਾਰਾ ਦਿੱਤਾ ਸੀ, ਗਰੀਬੀ ਹਟਾਓ ਦਾ। ਠੀਕ ਹੈ ਜੀ। ਤੁਹਾਨੂੰ ਪੁੱਛਿਆ ਜਾ ਸਕਦਾ ਗਰੀਬੀ ਹਟਾਓ ਦਾ ਜਿਹੜਾ ਨਾਰਾ ਉਹ ਕਿਸਨੇ ਦਿੱਤਾ ਸੀ? ਤਾਂ ਉਹ ਦਿੱਤਾ ਸੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਜੀ ਨੇ। ਅਗਲਾ ਪ੍ਰਸ਼ਨ ਹੈ ਆਪਣੇ ਕੋਲ, 1956 ਵਿੱਚ ਭਾਸ਼ਾ ਦੇ ਆਧਾਰ ਉੱਤੇ ਰਾਜਾਂ ਦਾ ਪੁਨਰਗਠਨ ਕਰਕੇ ਕਿੰਨੇ ਰਾਜ ਬਣਾਏ ਗਏ ਸੀ? ਤਾਂ ਇਸਦਾ ਰਾਈਟ ਆਂਸਰ ਆਪਣੇ ਕੋਲ ਆਪਸ਼ਨ ਏ, 14 ਰਾਜ। 1956 ਦੇ ਵਿੱਚ ਭਾਸ਼ਾ ਦੇ ਆਧਾਰ 'ਤੇ ਰਾਜਾਂ ਦਾ ਪੁਨਰਗਠਨ ਕਰਕੇ 14 ਰਾਜ ਬਣਾਏ ਗਏ ਸੀ, ਅਤੇ 6 ਸੀ ਜਿਹੜੇ ਉਹ ਕੇਂਦਰ ਸ਼ਾਸਿਤ ਪ੍ਰਦੇਸ਼ ਸੀ ਜਿਹੜੇ ਉਹ ਬਣਾਏ ਗਏ ਸੀ। ਠੀਕ ਹੈ ਜੀ। ਅਗਲਾ ਪ੍ਰਸ਼ਨ ਆਪਣੇ ਕੋਲ, ਸੰਵਿਧਾਨ ਵਿੱਚ ਕਿਸ ਨੂੰ ਅਹੁਦੇ ਤੋਂ ਹਟਾਉਣ ਦੀ ਵਿਧੀ ਦਾ ਵਰਣਨ ਨਹੀਂ ਕੀਤਾ ਗਿਆ? ਤਾਂ ਇਸਦਾ ਰਾਈਟ ਆਂਸਰ ਆਪਣੇ ਕੋਲ ਆਪਸ਼ਨ ਬੀ, ਰਾਜਪਾਲ। ਰਾਜਪਾਲ ਦੀ ਜਿਹੜੀ ਨਿਯੁਕਤੀ ਆ ਉਹ ਕੌਣ ਕਰਦਾ ਹੈ? ਰਾਸ਼ਟਰਪਤੀ ਕਰਦਾ ਹੈ। ਰਾਸ਼ਟਰਪਤੀ ਦੀ ਮਰਜ਼ੀ ਤੱਕ ਰਾਜਪਾਲ ਆਪਣੇ ਅਹੁਦੇ 'ਤੇ ਰਹਿੰਦਾ ਹੈ।
ਰਾਜਪਾਲ ਨੂੰ ਮਹਾਂਦੋਸ਼ ਦੀ ਕਾਰਵਾਈ ਦੁਆਰਾ ਨਹੀਂ ਹਟਾਇਆ ਜਾ ਸਕਦਾ। ਇਹ ਤੁਸੀਂ ਯਾਦ ਰੱਖਣਾ, ਰਾਜਪਾਲ ਨੂੰ ਹਟਾਉਣ ਦੀ ਜਿਹੜੀ ਵਿਧੀ ਦਾ ਵਰਣਨ ਆ ਉਹ ਭਾਰਤੀ ਸੰਵਿਧਾਨ ਦੇ ਵਿੱਚ ਨਹੀਂ ਕੀਤਾ ਗਿਆ। ਜੇਕਰ ਆਪਾਂ ਗੱਲ ਕਰੀਏ ਰਾਸ਼ਟਰਪਤੀ ਨੂੰ ਮਹਾਂਦੋਸ਼ ਦੀ ਕਾਰਵਾਈ ਦੁਆਰਾ ਹਟਾਇਆ ਜਾ ਸਕਦਾ ਅਤੇ ਸਰਵਉੱਚ ਅਦਾਲਤ ਦੇ ਮੁੱਖ ਜੱਜ ਨੂੰ ਜਾਂ ਮੁੱਖ ਜੱਜਾਂ ਨੂੰ ਵੀ ਮਹਾਂਦੋਸ਼ ਦੀ ਕਾਰਵਾਈ ਦੁਆਰਾ ਹਟਾਇਆ ਜਾ ਸਕਦਾ ਜੇਕਰ ਉਹ ਆਪਣਾ ਕੰਮ ਸਹੀ ਤਰੀਕੇ ਨਾਲ ਨਹੀਂ ਕਰ ਰਹੇ। ਅਗਲਾ ਪ੍ਰਸ਼ਨ ਆਪਣੇ ਕੋਲ, ਜਦੋਂ ਰਾਸ਼ਟਰਪਤੀ ਅਤੇ ਉਪ ਰਾਸ਼ਟਰਪਤੀ ਦਾ ਅਹੁਦਾ ਖਾਲੀ ਹੋਵੇ ਤਾਂ ਰਾਸ਼ਟਰਪਤੀ ਦਾ ਅਹੁਦਾ ਕੌਣ ਸੰਭਾਲਦਾ ਹੈ? ਤਾਂ ਇਸਦਾ ਰਾਈਟ ਆਂਸਰ ਆਪਣੇ ਕੋਲ ਆਪਸ਼ਨ ਬੀ, ਸਰਵਉੱਚ ਅਦਾਲਤ ਦਾ ਮੁੱਖ ਜੱਜ। ਦੇਖੋ, ਜੇਕਰ ਰਾਸ਼ਟਰਪਤੀ ਦਾ ਅਹੁਦਾ ਖਾਲੀ ਹੁੰਦਾ ਹੈ ਤਾਂ ਉਹਦਾ ਅਹੁਦਾ ਜਿਹੜਾ ਕੌਣ ਸੰਭਾਲਦਾ ਹੈ? ਤਾਂ ਉਹ ਸੰਭਾਲਦਾ ਹੈ ਉਪ ਰਾਸ਼ਟਰਪਤੀ। ਜੇਕਰ ਇਹ ਦੋਨੇ ਅਹੁਦੇ ਨੇ ਜਿਹੜੇ ਉਹ ਖਾਲੀ ਹੁੰਦੇ ਨੇ ਤਾਂ ਉਸ ਤੋਂ ਬਾਅਦ ਸੰਭਾਲਦਾ ਹੈ ਸਰਵਉੱਚ ਅਦਾਲਤ ਦਾ ਮੁੱਖ ਜੱਜ। ਜੇਕਰ ਸਰਵਉੱਚ ਅਦਾਲਤ ਦੇ ਵੀ ਮੁੱਖ ਜੱਜ ਦਾ ਅਹੁਦਾ ਖਾਲੀ ਹੋਵੇ ਤਾਂ ਕੌਣ ਸੰਭਾਲਦਾ ਹੈ? ਸਰਵਉੱਚ ਅਦਾਲਤ ਦਾ ਸੀਨੀਅਰ ਜੱਜ। ਇਹ ਵੀ ਤੁਸੀਂ ਯਾਦ ਰੱਖਣਾ, ਠੀਕ ਹੈ ਜੀ। ਤਿੰਨਾਂ ਦੀ ਜੇਕਰ ਗੈਰ ਹਾਜ਼ਰੀ ਆ, ਅਹੁਦਾ ਖਾਲੀ ਹੈਗਾ ਤਾਂ ਉਹਨਾਂ ਦੀ ਗੈਰ ਹਾਜ਼ਰੀ ਦੇ ਵਿੱਚ ਕੌਣ ਸੰਭਾਲੂਗਾ ਅਹੁਦਾ? ਸੀਨੀਅਰ ਜੱਜ, ਸਰਵਉੱਚ ਅਦਾਲਤ ਦਾ। ਅਗਲਾ ਪ੍ਰਸ਼ਨ ਹੈ ਆਪਣੇ ਕੋਲ, ਰਾਜ ਦੇ ਰਾਜਪਾਲ ਨੂੰ ਉਸਦੇ ਅਹੁਦੇ ਦੀ ਸਹੁੰ ਕੌਣ ਚੁਕਾਉਂਦਾ ਹੈ? ਤਾਂ ਇਸਦਾ ਰਾਈਟ ਆਂਸਰ ਆਪਣੇ ਕੋਲ ਆਪਸ਼ਨ ਬੀ, ਹਾਈ ਕੋਰਟ ਦਾ ਮੁੱਖ ਜੱਜ। ਤੁਸੀਂ ਯਾਦ ਰੱਖਣਾ ਕਿ ਜਿਹੜੀ ਰਾਜਪਾਲ ਦੀ ਨਿਯੁਕਤੀ ਆ ਉਹ ਕੌਣ ਕਰਦਾ ਹੈ? ਤਾਂ ਉਹ ਕਰਦਾ ਹੈ ਆਪਣਾ ਰਾਸ਼ਟਰਪਤੀ। ਪਰ ਜਿਹੜੀ ਉਹਨੂੰ ਸਹੁੰ ਚੁਕਾਉਣ ਦੀ ਜਿਹੜੀ ਰਸਮ ਆ ਉਹ ਕੌਣ ਅਦਾ ਕਰਵਾਉਂਦਾ ਹੈ? ਤਾਂ ਹਾਈ ਕੋਰਟ ਦਾ ਮੁੱਖ ਜੱਜ, ਠੀਕ ਹੈ, ਸੰਬੰਧਿਤ ਰਾਜ ਦਾ। ਇਹ ਵੀ ਤੁਸੀਂ ਯਾਦ ਰੱਖਣਾ, ਸੰਬੰਧਿਤ ਰਾਜ ਅਤੇ ਹਾਈ ਕੋਰਟ ਦਾ ਜਿਹੜਾ ਮੁੱਖ ਜੱਜ ਆ ਉਹ ਰਾਜਪਾਲ ਨੂੰ ਸਹੁੰ ਚੁਕਾਉਂਦਾ ਹੈ। ਅਗਲਾ ਪ੍ਰਸ਼ਨ ਆਪਣੇ ਕੋਲ, ਭਾਰਤ ਦੇ ਰਾਸ਼ਟਰਪਤੀ ਨੇ ਪਹਿਲੀ ਵਾਰ ਪਾਕਟ ਵੀਟੋ ਪਾਵਰ ਦਾ ਪ੍ਰਯੋਗ ਕਿਸ ਮਾਮਲੇ ਵਿੱਚ ਕੀਤਾ? ਤਾਂ ਇਸਦਾ ਰਾਈਟ ਆਂਸਰ ਹੈ ਆਪਣੇ ਕੋਲ ਆਪਸ਼ਨ ਸੀ, ਭਾਰਤੀ ਡਾਕਰ ਬਿੱਲ। ਭਾਰਤ ਦੇ ਜਿਹੜੇ ਰਾਸ਼ਟਰਪਤੀ ਹੋਏ ਨੇ ਉਹਨਾਂ ਦਾ ਨਾਮ ਤੁਸੀਂ ਯਾਦ ਰੱਖਣਾ, ਗਿਆਨੀ ਜੈਲ ਸਿੰਘ, ਠੀਕ ਹੈ ਜੀ। ਉਹਨਾਂ ਦੁਆਰਾ ਪਾਕਟ ਵੀਟੋ ਪਾਵਰ ਦੀ ਵਰਤੋਂ ਕੀਤੀ ਗਈ ਸੀ ਭਾਰਤੀ ਡਾਕਰ ਬਿੱਲ 'ਤੇ, ਅਤੇ ਵਰਤੋਂ ਕੀਤੀ ਗਈ ਸੀ 1986 ਦੇ ਵਿੱਚ, ਠੀਕ ਹੈ, ਇਹ ਵੀ ਤੁਸੀਂ ਯਾਦ ਰੱਖਣਾ। ਅਤੇ ਪਾਕਟ ਵੀਟੋ ਪਾਵਰ ਹੁੰਦੀ ਕੀ ਆ, ਜਿਸ ਦੇ ਬਾਰੇ ਪਿੱਛੇ ਆਪਾਂ ਗੱਲ ਕਰੀਏ, ਸੰਸਦ ਦੇ ਕੋਲ ਜਦੋਂ ਆਪਾਂ ਦੇਖਦੇ ਹਾਂ ਕਿ ਸੰਸਦ ਦੇ ਜਿਹੜੇ ਦੋ ਸਦਨ ਹੁੰਦੇ ਹਨ, ਲੋਕ ਸਭਾ ਰਾਜ ਸਭਾ ਅਤੇ ਆਪਣਾ ਰਾਸ਼ਟਰਪਤੀ, ਠੀਕ ਹੈ ਜੀ। ਸਦਨ ਦੋ ਹੁੰਦੇ ਨੇ ਅਤੇ ਅੰਗ ਹੁੰਦੇ ਨੇ ਆਪਣੇ ਤਿੰਨ। ਉਦਾਹਰਨ ਦੇ ਤੌਰ 'ਤੇ ਕੋਈ ਬਿੱਲ ਆ ਜਿਹੜਾ ਲੋਕ ਸਭਾ ਦੇ ਵਿੱਚ ਪੇਸ਼ ਹੁੰਦਾ, ਲੋਕ ਸਭਾ ਦੇ ਵਿੱਚੋਂ ਸਪਸ਼ਟ ਬਹੁਮਤ ਦੇ ਨਾਲ ਉਹ ਰਾਜ ਸਭਾ ਦੇ ਵਿੱਚ ਜਾਂਦਾ, ਰਾਜ ਸਭਾ ਦੇ ਵਿੱਚੋਂ ਪਾਸ ਹੋਣ ਤੋਂ ਬਾਅਦ ਜਦੋਂ ਰਾਸ਼ਟਰਪਤੀ ਕੋਲ ਹੁੰਦਾ ਤਾਂ ਰਾਸ਼ਟਰਪਤੀ ਉਹ ਬਿੱਲ ਨੂੰ ਨਾ ਤਾਂ ਰਾਜ ਸਭਾ ਦੇ ਕੋਲ ਵਾਪਸ ਭੇਜਦਾ ਅਤੇ ਨਾ ਹੀ ਉਹਨੂੰ ਪਾਸ ਕਰਦਾ, ਆਪਣੀ ਪਾਕਟ ਦੇ ਵਿੱਚ ਸਾਂਭ ਕੇ ਜਿਹੜਾ ਉਹ ਬਿੱਲ ਨੂੰ ਰੱਖ ਲੈਂਦਾ ਹੈ। ਤਾਂ ਉਸ ਨੂੰ ਆਪਾਂ ਕਹਿੰਦੇ ਹਾਂ ਪਾਕਟ ਵੀਟੋ ਪਾਵਰ, ਠੀਕ ਹੈ, ਜਿਹੜੀ ਰਾਸ਼ਟਰਪਤੀ ਦੀ ਸ਼ਕਤੀ ਆ। ਅਗਲਾ ਪ੍ਰਸ਼ਨ ਹੈ ਆਪਣੇ ਕੋਲ, ਰਾਜ ਸਭਾ ਧਨ ਬਿੱਲ ਨੂੰ ਕਿੰਨੇ ਦਿਨਾਂ ਤੱਕ ਰੋਕ ਕੇ ਰੱਖ ਸਕਦੀ ਹੈ? ਤਾਂ ਇਸਦਾ ਰਾਈਟ ਆਂਸਰ ਆਪਣੇ ਕੋਲ ਆਪਸ਼ਨ ਬੀ, 14 ਦਿਨਾਂ ਤੱਕ। ਦੇਖੋ, ਜਿਹੜਾ ਧਨ ਬਿੱਲ ਆ ਸਭ ਤੋਂ ਪਹਿਲਾਂ ਉਹ ਲੋਕ ਸਭਾ ਦੇ ਵਿੱਚ ਪੇਸ਼ ਕੀਤਾ ਜਾਂਦਾ, ਇਹ ਵੀ ਤੁਸੀਂ ਧਿਆਨ ਦੇ ਵਿੱਚ ਰੱਖਣਾ, ਧਨ ਬਿੱਲ ਆ ਜਿਹੜਾ ਸਭ ਤੋਂ ਪਹਿਲਾਂ ਕਿੱਥੇ ਪੇਸ਼ ਕੀਤਾ ਜਾਂਦਾ? ਲੋਕ ਸਭਾ ਦੇ ਵਿੱਚ। ਲੋਕ ਸਭਾ ਜਦੋਂ ਸਪਸ਼ਟ ਬਹੁਮਤ ਦੇ ਨਾਲ ਉਸਨੂੰ ਪਾਸ ਕਰਦੀ ਹੈ ਤਾਂ ਉਹ ਜਾਂਦਾ ਹੈ ਰਾਜ ਸਭਾ ਕੋਲ। ਰਾਜ ਸਭਾ ਦੇ ਕੋਲ ਉਹ ਜਦੋਂ ਬਿੱਲ ਜਾਂਦਾ ਹੈ ਤਾਂ ਰਾਜ ਸਭਾ ਉਸਨੂੰ 14 ਦਿਨਾਂ ਤੱਕ ਰੋਕ ਕੇ ਰੱਖ ਸਕਦੀ ਹੈ। ਜੇਕਰ 14 ਦਿਨਾਂ ਤੱਕ ਉਹ ਕੋਈ ਵੀ ਕਾਰਵਾਈ ਨਹੀਂ ਕਰਦੀ ਤਾਂ ਉਹ ਬਿੱਲ ਆ ਜਿਹੜਾ ਆਪਣੇ ਆਪ ਪਾਸ ਸਮਝਿਆ ਜਾਂਦਾ ਹੈ, ਉਸ ਤੋਂ ਬਾਅਦ ਉਹ ਚੱਲਦਾ ਹੈ ਆਪਣਾ ਰਾਸ਼ਟਰਪਤੀ ਕੋਲ। ਰਾਸ਼ਟਰਪਤੀ ਹੈ ਜਿਹੜਾ ਉਸ ਦੇ ਵਿੱਚ ਕੋਈ ਚੇਂਜ ਨਹੀਂ ਕਰਦਾ ਹੈਗਾ, ਉਸਨੂੰ ਏਜੰਟ ਪਾਸ ਕਰ ਦਿੰਦਾ ਹੈ। ਅਗਲਾ ਪ੍ਰਸ਼ਨ ਹੈ ਆਪਣੇ ਕੋਲ, ਰਾਸ਼ਟਰਪਤੀ ਬਣਨ ਲਈ ਘੱਟੋ ਘੱਟ ਕਿੰਨੀ ਉਮਰ ਹੋਣੀ ਚਾਹੀਦੀ ਹੈ? ਤਾਂ ਇਸਦਾ ਰਾਈਟ ਆਂਸਰ ਹੈ ਆਪਣੇ ਕੋਲ ਆਪਸ਼ਨ ਸੀ, 35 ਸਾਲ। ਰਾਸ਼ਟਰਪਤੀ ਬਣਨ ਲਈ ਜਿਹੜੀ ਘੱਟੋ ਘੱਟ ਉਮਰ ਹੈ ਉਹ ਹੈ 35 ਸਾਲ, ਅਤੇ ਰਾਜਪਾਲ ਬਣਨ ਲਈ ਵੀ ਘੱਟੋ ਘੱਟ ਜਿਹੜੀ ਉਮਰ ਆ ਉਹ ਹੈ 35 ਸਾਲ, ਠੀਕ ਹੈ ਜੀ। ਇਸ ਤੋਂ ਇਲਾਵਾ PM ਪ੍ਰਾਈਮ ਮਿਨਿਸਟਰ ਅਤੇ CM ਬਣਨ ਲਈ ਜਿਹੜੀ ਉਮਰ ਹੈ ਉਹ ਹੈ 25 ਸਾਲ। ਅਗਲਾ ਪ੍ਰਸ਼ਨ ਹੈ ਆਪਣੇ ਕੋਲ, ਮੂਲ ਸੰਵਿਧਾਨ ਦੀ 8ਵੀਂ ਅਨੁਸੂਚੀ ਵਿੱਚ ਕਿੰਨੀਆਂ ਭਾਸ਼ਾਵਾਂ ਨੂੰ ਮਾਨਤਾ ਦਿੱਤੀ ਗਈ ਸੀ?
ਤਾਂ ਇਸ ਦਾ ਰਾਈਟ ਆਂਸਰ ਹੈ ਆਪਣੇ ਕੋਲ ਆਪਸ਼ਨ ਬੀ 14 ਭਾਸ਼ਾਵਾਂ। ਵਰਤਮਾਨ ਸਮੇਂ ਦੇ ਵਿੱਚ ਗੱਲ ਕਰੀਏ ਤਾਂ ਵਰਤਮਾਨ ਸਮੇਂ ਦੇ ਵਿੱਚ 22 ਭਾਸ਼ਾਵਾਂ ਨੇ ਜਿਨ੍ਹਾਂ ਨੂੰ ਵਰਤਮਾਨ ਸਮੇਂ ਦੇ ਵਿੱਚ ਮਾਨਤਾ ਹਾਸਲ ਹੈ। ਅਗਲਾ ਪ੍ਰਸ਼ਨ ਹੈ ਆਪਣੇ ਕੋਲ, ਭਾਰਤੀ ਸੰਵਿਧਾਨ ਸਭਾ ਵਿੱਚ ਮਹਿਲਾਵਾਂ ਦੀ ਸੰਖਿਆ ਕਿੰਨੀ ਸੀ? ਤਾਂ ਇਸ ਦਾ ਰਾਈਟ ਆਂਸਰ ਹੈ ਆਪਣੇ ਕੋਲ ਆਪਸ਼ਨ ਸੀ 15। ਭਾਰਤੀ ਸੰਵਿਧਾਨ ਸਭਾ ਵਿੱਚ ਮਹਿਲਾਵਾਂ ਦੀ ਜਿਹੜੀ ਸੰਖਿਆ ਸੀ ਉਹ ਕਿੰਨੀ ਸੀ? 15। ਸੰਵਿਧਾਨ ਸਭਾ ਦੀ ਜਿਹੜੀ ਪਹਿਲੀ ਮੀਟਿੰਗ ਹੋਈ ਸੀ ਜਾਂ ਸਮਾਗਮ ਹੋਇਆ ਸੀ ਉਹ ਦਿੱਲੀ ਦੇ ਵਿੱਚ ਹੋਇਆ ਸੀ 9 ਦਸੰਬਰ 1946 ਦੇ ਵਿੱਚ। ਇਹ ਵੀ ਤੁਸੀਂ ਯਾਦ ਰੱਖਣਾ। ਅਗਲਾ ਪ੍ਰਸ਼ਨ ਹੈ ਆਪਣੇ ਕੋਲ, ਭਾਰਤ ਵਿੱਚ ਸਰਵਉੱਚ ਅਦਾਲਤ ਦੇ ਜੱਜਾਂ ਦੀ ਗਿਣਤੀ ਵਧਾਉਣ ਦਾ ਅਧਿਕਾਰ ਕਿਸ ਕੋਲ ਹੈ? ਤਾਂ ਇਸਦਾ ਰਾਈਟ ਆਂਸਰ ਹੈ ਆਪਣੇ ਕੋਲ ਆਪਸ਼ਨ ਸੀ, ਸੰਸਦ ਦੇ ਕੋਲ ਇਹ ਅਧਿਕਾਰ ਹੈ ਕਿ ਉਹ ਜੱਜਾਂ ਦੀ ਗਿਣਤੀ ਲੋੜ ਅਨੁਸਾਰ ਵਧਾ ਜਾਂ ਘਟਾ ਸਕਦਾ ਹੈ। ਸਰਵਉੱਚ ਅਦਾਲਤ ਦੀ ਜਿਹੜੀ ਜੱਜਾਂ ਦੀ ਨਿਯੁਕਤੀ ਆ ਉਹ ਕੌਣ ਕਰਦਾ ਹੈ? ਰਾਸ਼ਟਰਪਤੀ। ਇਹ ਜਿਹੜੀ ਸ਼ਕਤੀ ਆ ਉਹ ਰਾਸ਼ਟਰਪਤੀ ਕੋਲ ਹੈ। ਇੱਕ ਤੁਸੀਂ ਹੋਰ ਗੱਲ ਯਾਦ ਰੱਖਣੀ ਹੈ ਕਿ ਸਰਵਉੱਚ ਅਦਾਲਤ ਦੇ ਜਿਹੜੇ ਜੱਜ ਨੇ ਉਹ 65 ਸਾਲ ਦੀ ਉਮਰ ਤੱਕ ਆਪਣੇ ਅਹੁਦੇ 'ਤੇ ਰਹਿ ਸਕਦੇ ਹਨ। ਇਸ ਦੇ ਨਾਲ ਹੀ ਆਪਣੀ ਅੱਜ ਦੀ ਵੀਡੀਓ ਕੰਪਲੀਟ ਹੁੰਦੀ ਹੈ। ਜੇਕਰ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ, ਸ਼ੇਅਰ ਅਤੇ ਕਮੈਂਟ ਕਰਕੇ ਜ਼ਰੂਰ ਦੱਸਣਾ। ਹੋਰ ਵੀਡੀਓ ਦੇਖਣੀ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ। ਵੀਡੀਓ ਦੇਖਣੀ ਸਭ ਦਾ ਬਹੁਤ ਬਹੁਤ ਧੰਨਵਾਦ ਜੀ।